ਮਹਿਜ਼ 1500 ਦੇ ਪਿੱਛੇ ਤਿੰਨ ਧੀਆਂ ਦੇ ਪਿਓ ਨੂੰ ਕਤਲ ਕੀਤਾ ਗਿਆ, ਉਹ ਵੀ ਉਸ ਵੇਲੇ ਜਦੋਂ ਉਹ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਤੋਤੀ ਨਾਮ ਦੇ ਸ਼ਖਸ ਦੇ ਵੱਲੋਂ ਰਸਤੇ ਦੇ ਵਿੱਚ ਘੇਰਿਆ ਗਿਆ, ਸਿਰ ਤੇ ਕਿਸੇ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਰਾਏਕੋਟ ਦੇ ਪਿੰਡ ਜਲਾਲ ਦੀ ਵਾਲ ਦਾ ਹੈ। ਪੁਲਿਸ ਦੇ ਵੱਲੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਤੋਤੀ ਨਾਮ ਦੇ ਸ਼ਖਸ ਤੇ 302 ਦਾ ਮੁਕੱਦਮਾ ਦਰਜ ਕੀਤਾ ਗਿਆ। ਦੱਸ ਦਈਏ ਕਿ ਜਿਸ ਦਾ ਕਤਲ ਹੋਇਆ ਉਸਨੇ 1500 ਰੁਪਏ ਉਧਾਰ ਲਏ ਸੀ ਔਰ ਪੈਸੇ ਵਾਪਸ ਲੈਣ ਦੇ ਲਈ ਸੁਸ਼ੀਲ ਕੁਮਾਰ ਉਰਫ ਤੋਤੀ ਅਕਸਰ ਉਸਨੂੰ ਜ਼ਲੀਲ ਕਰਦਾ ਸੀ, ਘਰ ਆ ਕੇ ਉਸਨੂੰ ਧਮਕੀਆਂ ਦਿੰਦਾ ਸੀ ਤਾਂ ਉਸਨੇ ਰਸਤੇ ਦੇ ਵਿੱਚ ਘੇਰ ਲਿਆ, ਗਾਲੀ ਗਲੋਚ ਕੀਤਾ, ਫਿਰ ਉਸਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਦੱਸਦੇ ਕਿ 4 ਬੱਚਿਆਂ ਦਾ ਪਿਤਾ ਸੀ ਮ੍ਰਿਤਕ, ਜਿਸਦਾ ਰਸਤੇ ਦੇ ਵਿੱਚ ਕਤਲ ਕੀਤਾ ਗਿਆ। ਬੱਚੇ ਵੀ ਛੋਟੇ ਛੋਟੇ ਨੇ। ਪੀੜਤ ਪਤਨੀ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਸਿਰ ਤੇ ਸੱਟ ਮਾਰ ਕੇ ਇੱਕ ਹੱਸਦਾ ਵਸਦਾ ਘਰ ਉਜਾੜਤਾ, ਉਹ ਵੀ 1500 ਦੇ ਪਿੱਛੇ। ਰਸਤੇ ਦੇ ਵਿੱਚ ਘੇਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਵਿਆਹ ਸਮਾਗਮਾਂ ਦੇ ਵਿੱਚ ਤੰਦੂਰ ਦਾ ਕੰਮ ਕਰਦਾ ਸੀ, ਜਿਸ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹ ਜਿਹੜਾ ਮੁੰਡਾ ਗਾ ਤੋਤੀ, ਉਹਨਾਂ ਦਾ 1500 ਰੁਪਇਆ ਦੇਣਾ ਸੀਗਾ। ਇਹਨਾਂ ਦੇ ਘਰੇ ਆ ਕੇ ਉਹ ਮੁੰਡਾ ਪਹਿਲਾਂ ਵੀ ਧਮਕੀਆਂ ਦੇ ਕੇ ਗਿਆ। ਕੱਲ ਜਿਹੜਾ ਮੁੰਡਾ ਮ੍ਰਿਤਕ ਹੋਇਆ ਗਾ, ਇਹਨੂੰ ਰਾਹ 'ਚ ਆਉਂਦੇ ਨੂੰ ਘੇਰ ਲਿਆ ਜੀ। ਉਹ ਮੁੰਡੇ ਨੇ ਰਾਹ 'ਚ ਆਉਂਦੇ ਨੂੰ ਘੇਰ ਕੇ ਇਹਦੇ ਸਿਰ 'ਚ ਕੁਛ ਮਾਰਿਆ ਜੀ। ਇਹ ਮੁੰਡਾ ਉੱਥੇ ਥਾਂ 'ਤੇ ਮਰ ਗਿਆ। ਹਾਂਜੀ, ਇਹਨਾਂ ਦੇ ਬੱਚੇ ਨਿਆਣੇ ਨੇ ਜੀ ਉਹ ਮੁੰਡੇ ਦੇ, ਤੇ ਉਹ ਮੁੰਡੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤੇ ਤੁਸੀਂ ਪੁਲਿਸ ਨੂੰ ਰਿਪੋਰਟ ਦਿੱਤੀ ਆ? ਪੁਲਿਸ ਨੂੰ ਹਾਂਜੀ ਰਿਪੋਰਟ ਦਿੱਤੀ ਹੋਈ ਆ ਪੁਲਿਸ ਨੇ, ਤੇ ਉਹ ਮੁੰਡਾ ਵੀ ਫੜ ਲਿਆ ਪੁਲਿਸ ਨੇ। ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ? ਮੰਗ ਤਾਂ ਇਹੀ ਕਰਦੇ ਆ ਜੀ ਵੀ ਜਿਹੜੀ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ, ਇਹਦੇ ਬੱਚਿਆਂ ਬਾਰੇ ਸੋਚਿਆ ਜਾਵੇ। ਜੋ ਮੁੰਡੇ ਦਾ ਮਰਡਰ ਹੋਇਆ, ਇਹ ਕੰਮ ਕਰ ਕੀ ਕਰਦਾ ਸੀ? ਇਹ ਤਾਂ ਮਜ਼ਦੂਰੀ ਕਰਦਾ ਜੀ, ਤੰਦੂਰ ਦਾ ਕੰਮ ਕਰਦਾ ਜੀ, ਦਿਹਾੜੀ ਜੁੱਤਾ ਜਾਂਦਾ ਸੀਗਾ ਜੀ। ਹਾਂਜੀ, ਹੁਣ ਇਹਨਾਂ ਦੇ ਘਰ ਦੇ ਕੀ ਹਾਲਾਤ ਆ? ਘਰ ਦੇ ਤਾਂ ਬਸ ਬਿਹਤਰ ਹਾਲਾਤ ਗਿਆ ਜੀ, ਬਹੁਤ ਮਾੜੇ ਹਾਲਾਤ ਨੇ। ਉਹਦੇ ਸਿਰ ਤੇ ਚੱਲਦਾ ਸੀਗਾ ਘਰ ਜੀ, ਚਾਰ ਬੱਚੇ ਤੇ ਇੱਕ ਘਰ ਵਾਲੀ। ਹਾਂ ਜੀ, 3 ਗੁੱਡੀਆਂ ਗਾ ਜੀ, ਇੱਕ ਬੇਟਾ ਗਾ ਤੇ ਘਰਦੇ ਨੇ ਜੀ। ਉਹੀ ਦਿਹਾੜੀ ਲਾ ਕੇ ਦਿਹਾੜੀ ਲਾ ਕੇ ਬਸ ਉਹੀ ਆਉਂਦਾ ਸੀਗਾ ਜੀ, ਇਹਨਾਂ ਦਾ ਪੇਟ ਪਾਲਦਾ ਸੀਗਾ ਵਧੀਆ ਬਸ। ਜਿਹੜੀ ਕੋਈ ਕੱਲ੍ਹ ਘਟਨਾ ਵਾਪਰੀ ਆ, ਕਦੋਂ ਕਿੱਥੇ ਕੁ ਵਾਪਰੀ, ਕੁਛ ਪਤਾ ਉਹਦੇ ਬਾਰੇ? ਇਹ ਸਾਡੇ ਪਿੰਡ ਦੇ ਰਾਏਕੋਟ ਨੂੰ ਰਾਹ ਜਾਂਦਾ ਜੀ, ਪੱਕੀ ਸੜਕ ਬਣੀ ਆ, ਗੁਰਦੁਆਰਾ ਤੋਂ ਥੋੜ੍ਹਾ ਜਿਹਾ 10-15 ਕਿੱਲੇ ਹਟ ਕੇ ਹੋਇਆ ਜੀ ਇਹ ਘਟਨਾ ਵਾਪਰੀ ਆ ਜੀ। ਲੱਗਦਾ ਵੀ ਉਹ ਇਕੱਲਾ ਹੀ ਸੀ ਜਾਂ ਕੁਛ ਹੋਰ ਵੀ ਬੰਦੇ ਲੱਗਦੇ? ਨਹੀਂ, ਇਕੱਲੇ ਬੰਦੇ ਦਾ ਤਾਂ ਕੰਮ ਹੈ ਨਹੀਂ ਗਾ ਜੀ, ਇਹ 2 ਜਣਾ 3 ਜਣਾ ਦਾ ਕੰਮ ਹੋ ਸਕਦਾ। ਹਾਂਜੀ, ਇਕੱਲਾ ਬੰਦਾ ਤਾਂ ਇੱਦਾਂ ਕੰਮ ਕਰ ਨਹੀਂ ਸਕਦਾ। ਪੈਸਿਆਂ ਦਾ ਰੌਲਾ ਕਦੋਂ? 4-5 ਮਹੀਨਿਆਂ ਦੀ ਰੰਜ ਚੱਲਦੀ ਹੈ ਜੀ ਇਹਨਾਂ ਦੀ। ਅੱਗੇ ਹਾਂ ਜੀ, ਆਪਣੇ ਦਰਾਂ ਦੇ ਮੂਹਰੇ ਆ, ਸਾਡਾ ਬਿਲਕੁਲ ਸਾਹਮਣੇ ਘਰ ਆ ਜੀ ਇਹਨਾਂ ਦੇ। ਇਹਨਾਂ ਦੇ ਘਰੇ ਆ ਕੇ ਗਾਲਾਂ ਗੂਲਾਂ ਕੱਢ ਕੇ ਜਾਂਦਾ ਜੀ ਉਹ, ਇਹਨਾਂ ਦੇ ਗੇਟ ਗੂਟ ਵੀ ਭੰਨ ਕੇ ਗਿਆ 1-2 ਗੇਰਾਂ। ਹਾਂਜੀ, ਸਾਡੇ ਸਾਰੇ ਆਸ ਗੁਆਂਢ ਨੂੰ ਪਤਾ ਗਾ ਜੀ, ਪੈਸੇ ਬੱਚੇ ਨੂੰ ਤੰਗ ਕਰਦਾ ਸੀ। ਹਾਂਜੀ, ਫੋਨ ਤੇ ਵੀ ਧਮਕੀਆਂ ਵਗੈਰਾ ਦਿੰਦਾ ਗਾ ਇਹਨਾਂ ਨੂੰ ਜੀ। ਇਹ ਵੀ ਘਰੇ ਵੀ ਧਮਕੀਆਂ ਦੇ ਕੇ ਗਿਆ ਸੀ ਉਹ ਤੋਤੀ ਜੀ। ਹਾਂਜੀ, ਤੇ ਬਾਬਾ ਲੜੇ ਲੁੜੇ ਗਾਲਾਂ ਗੂਲਾਂ ਕੱਢੀਆਂ ਇੱਕ ਦੂਜੇ ਨੂੰ ਇਹਨਾਂ ਨੇ। ਹਾਂਜੀ, ਤੇ ਫਿਰ ਕੱਲ ਫੇਰ ਘੇਰਿਆ ਉਹਨਾਂ ਨੇ ਜੀ। ਹਾਂਜੀ, ਕਿਉਂ ਘੇਰਿਆ, ਕੀ ਕਾਰਨ ਸੀ ਇਹਨਾਂ ਦੀ, ਰੰਜਿਸ਼ ਕਾਹਦੀ ਸੀ ਜੀ? ਇਹਨੇ ਪੈਸੇ ਦੇਣੇ ਸੀ 1500 ਰੁਪਇਆ। ਕਿਹਦਾ, ਤੋਤੀ ਦਾ? ਹਾਂਜੀ ਹਾਂਜੀ, ਉਹਦੀ ਵਜ੍ਹਾ 'ਚ ਹੀ ਬਸ ਇਹਨਾਂ ਨੇ ਜੀ ਕਤਲ ਕਰਤਾ ਉਹਦਾ ਜੀ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਤਾਂ ਜੀ ਮੇਰੇ ਬੱਚਿਆਂ ਬਾਰੇ ਸੋਚੋ, ਹੁਣ ਮੇਰਾ ਪੂਰਾ ਜਵਾਕ ਆ। ਹੁਣ
ਕਿੰਨੇ ਬੱਚੇ ਤੁਹਾਡੇ? ਚਾਰ ਆ ਜੀ ਮੇਰੇ। ਜੋ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ? ਹਾਂਜੀ। ਇਹ ਸਾਡੇ ਕੋਲ ਜੋਗਿੰਦਰ ਸਿੰਘ ਨੇ ਬਿਆਨ ਲਿਖਾਏ ਨੇ, ਪਿੰਡ ਜਲਾਲ ਦੀ ਗੱਲ ਦਾ ਰਹਿਣ ਵਾਲਾ ਜੀ। ਉਹਦਾ ਭਰਾ ਕੱਲ੍ਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀਗਾ, ਜਿਹੜੀ ਰਾਏਕੋਟ ਤੋਂ ਜਲਾਲ ਦੀ ਗੱਲ ਲਿੰਕ ਰੋਡ ਆ ਗਈ, ਤਾਂ ਉੱਥੇ ਮਤਲਬ ਉਹਦੇ ਸੱਟ ਲੱਗੀ ਹੋਈ ਸੀ, ਉਹਦੀ ਲਾਸ਼ ਮਿਲੀ ਉੱਥੋਂ। ਅਸੀਂ ਉਹਦੇ ਬਿਆਨ ਦੇ ਉੱਤੇ ਸੁਸ਼ੀਲ ਕੁਮਾਰ ਉਰਫ ਤੋਤੀ, ਪੁੱਤਰ ਪੱਪੂ ਸਿੰਘ, ਇਹ ਵੀ ਜਲਾਲ ਦੀ ਗੱਲ ਦਾ, ਇਹਦੇ ਖਿਲਾਫ 302 IPC ਦਾ ਪਰਚਾ ਦਰਜ ਕੀਤਾ ਜੀ। ਘਰ ਵਾਲੇ ਨੇ ਕੀ ਦੋਸ਼ ਲਾਇਆ ਜੀ? ਘਰ ਵਾਲੇ ਨੇ ਦੋਸ਼ ਲਾਏ ਨੇ ਵੀ ਇਹ ਜਿਹੜਾ ਮਕਤੂਲ ਹੈਗਾ ਜਸਵੰਤ ਸਿੰਘ, ਉਹਦਾ ਸੁਸ਼ੀਲ ਕੁਮਾਰ ਤੋਤੀ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀਗਾ। ਉਹਨੇ ਪਹਿਲਾਂ ਵੀ ਇਹਨੂੰ ਧਮਕੀਆਂ ਦਿੱਤੀਆਂ ਸੀਗੀਆਂ ਅਤੇ ਰਾਤ ਉਹਨੇ ਇਹ 'ਤੇ ਹਮਲਾ ਕੀਤਾ ਅਤੇ ਜਿਹਦੇ ਕਰਕੇ ਇਹਦੀ ਡੈਥ ਹੋ ਗਈ। ਕਿੰਨੇ ਕੁ ਰੁਪਏ ਨਾਲ ਲੈਣ ਦੇਣ ਸੀ? ਉਹ ਐਗਜੈਕਟਲੀ ਨਹੀਂ ਦੱਸ ਸਕੇ, ਪਰ ਕੋਈ 4-5 ਹਜ਼ਾਰ ਦਾ ਕਹਿ ਰਹੇ ਨੇ ਜੀ। ਠੀਕ ਹੈ। ਅੱਗੇ ਕੀ ਕੀਤੀ ਜਾ ਰਹੀ ਹੈ? ਅਸੀਂ ਇਹਦਾ ਇੱਕ ਵਾਰ FIR ਦਰਜ ਕੀਤੀ ਹੈ ਜੀ, ਇਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਵਾਉਣਾ ਹੈਗਾ ਅਤੇ ਫਿਰ ਅਗਲੀ ਤਰਕੀਬ ਦੇਖਾਂਗੇ।